ਹਾਜ਼ਰ ਜੀ ਇੱਕ ਵਾਰ ਫੇਰ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਪਹਿਲਾਂ ਤੁਸੀਂ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਸੀ ਸਰਦਾਰ ਅਰਜਨ ਸਿੰਘ ਜੀ ਅਣਜਾਣ ਸਾਹਿਬ ਨਾਲ ਜੁੜੇ ਸੀਗੇ ਜਿਵੇਂ ਪਹਿਲਾਂ ਦੱਸਿਆ ਪ੍ਰੋਗਰਾਮ ਅੱਜ ਰਿਕਾਰਡਡ ਹੈ ਕਾਲਾਂ ਜਿਹੜੀਆਂ ਲਾਈਵ ਉਹ ਨਹੀਂ ਲਈਆਂ ਜਾਣੀਆਂ ਪਰ ਕੋਸ਼ਿਸ਼ ਮੇਰੀ ਇਹੀ ਹੈ ਪ੍ਰੋਗਰਾਮ ਚਾਹੇ ਰਿਕਾਰਡਡ ਹੋਵੇ ਅਤੇ ਚਾਹੇ ਹੋਵੇ ਲਾਈਵ ਘਰਾਂ ਵਿੱਚ ਬੈਠੇ ਜਿਹੜੇ ਲੱਖਾਂ ਦਰਸ਼ਕ ਲੱਖਾਂ ਪੰਜਾਬੀ ਨਾਲ ਜੁੜਦੇ ਨੇ ਉਹਨਾਂ ਦੇ ਆਨੰਦ ਵਿੱਚ ਉਹਨਾਂ ਦੇ ਮਨੋਰੰਜਨ ਵਿੱਚ ਜਾਂ ਉਹਨਾਂ ਨੂੰ ਇਨਫੋਰਮੇਸ਼ਨ ਦੇ ਵਿੱਚ ਕੋਈ ਕਮੀ ਨਾ ਰਹੇ ਹੁਣ ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਅਸੀਂ ਚੱਲਾਂਗੇ ਜੀ ਗਾਇਕੀ ਵਾਲੇ ਪਾਸੇ ਐਂਟਰਟੇਨਮੈਂਟ ਵਾਲੇ ਪਾਸੇ ਗਾਇਕੀ ਦੀ ਕਹਿੰਦੇ ਕੋਈ ਭਾਸ਼ਾ ਨਹੀਂ ਹੁੰਦੀ ਗਾਇਕੀ ਦੀ ਭਾਸ਼ਾ ਹੁੰਦੀ ਹੈ ਸੰਗੀਤ ਦੀ ਕੋਈ ਭਾਸ਼ਾ ਨਹੀਂ ਹੁੰਦੀ ਸੰਗੀਤ ਦੇ ਕੋਈ ਹੱਦ ਬੰਨੇ ਨਹੀਂ ਹੁੰਦੇ ਅਤੇ ਸਾਡੇ ਨਾਲ ਅਗਲੇ ਇਸ ਸੈਗਮੈਂਟ ਵਾਸਤੇ ਜੁੜੇ ਨੇ ਹਰਪ੍ਰੀਤ ਧਾਮੀ ਅਤੇ ਉਹਨਾਂ ਤੋਂ ਜਾਣਦੇ ਹਾਂ ਉਹਨਾਂ ਦੀ ਗੱਲਬਾਤ ਉਹਨਾਂ ਦੇ ਗੀਤ ਜਾਂ ਫਿਰ ਉਹਨਾਂ ਦਾ ਸਫ਼ਰ ਹਰਪ੍ਰੀਤ ਬਹੁਤ ਬਹੁਤ ਤੁਹਾਡਾ ਧੰਨਵਾਦ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜਸ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਦੋਵੇਂ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਮਿਹਰਬਾਨੀ ਇੱਕ ਤਾਂ ਗੱਲ ਇਹ ਹੈ ਵੀ ਆਪਾਂ ਪ੍ਰੋਗਰਾਮ ਪਹਿਲਾਂ ਵੀ ਗਾਹੇ ਵਗਾਹੇ ਕਰਦੇ ਰਹਿੰਦੇ ਹਾਂ ਪਰ ਜਿਹੜਾ ਨਵੇਂ ਸਾਲ ਦਾ ਪ੍ਰੋਗਰਾਮ ਸੀਗਾ ਉਹ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਬਿਲਕੁਲ ਜਿਹਦੇ ਤੁਸੀਂ ਵੀ ਉਹਦਾ ਹਿੱਸਾ ਸੀਗੇ ਸੋ ਅੱਜ ਫਿਰ ਸਟੂਡੀਓ ਦੇ ਵਿੱਚ ਆਏ ਹੋ ਬੜਾ ਵਧੀਆ ਲੱਗਦਾ ਥੈਂਕ ਯੂ ਭਾਈ ਜੀ ਅਤੇ ਨਾਲ ਦੀ ਨਾਲ ਵੈਸੇ ਵੀ ਜਿਹੜਾ ਹੁਣ ਪਰਸਨੈਲਿਟੀ ਕਹਿੰਦੇ ਹੁੰਦੇ ਜਿਹਨੂੰ ਬਣੀ ਬਣਦੀ ਠੰਡੀ ਚੰਗੀ ਹੈਗੀ ਆ ਮੁੱਛਾਂ ਮੱਛਾਂ ਖੜੀਆਂ ਅਤੇ ਵੈਸੇ ਬੰਦਾ ਟੀ ਵੀ 'ਤੇ ਜੱਜਦਾ ਹੈਗਾ ਅਤੇ ਗੱਲ ਕਰੀਏ ਪਹਿਲਾਂ ਆਪਾਂ ਚਲੋ ਗਾਇਕੀ ਦੀ ਗੱਲ ਤਾਂ ਕਰਾਂ ਹੀ ਕਰਾਂਗੇ ਅਤੇ ਜਿਹੜੇ ਤੁਹਾਡਾ ਉੱਦਾਂ ਇੱਧਰ ਕੀ ਸ਼ੁਗਲ ਹੈਗਾ ਬਾ ਆਪਾਂ ਇੰਡੀਆ ਤੋਂ ਜਦੋਂ ਇੱਧਰ ਆਉਂਦੇ ਖਾਸ ਤੌਰ 'ਤੇ ਪੰਜਾਬ ਤੋਂ ਅਤੇ ਬੇਸ਼ੱਕ ਗਾਇਕੀ ਦੇ ਜਿੰਨਾ ਮਰਜ਼ੀ ਸ਼ੌਕ ਹੋਵੇ ਜਿੰਨਾ ਮਰਜ਼ੀ ਵੱਡਾ ਸਟਾਰ ਹੋਵੇ ਪਰ ਇੱਧਰ ਤਾਂ ਨਾਲ ਕੰਮ ਕਰਨਾ ਪੈਂਦਾ ਅਤੇ ਇੰਡੀਆ ਵਿੱਚ ਵੀ ਕਈ ਫਿਰ ਇੱਧਰੋਂ ਜਿਹੜਾ ਬੰਦਾ ਜਾਂਦਾ ਪੁੱਛਦਾ ਭਾਈ ਗੁਰਦਾਸ ਮਾਨ ਕੰਮ ਕੀ ਕਰਦਾ ਹੈ ਉਹ ਕਹਿੰਦੇ ਜੀ ਆਹੀ ਕੰਮ ਕਰਦਾ ਇੱਥੇ ਉਹ ਕੰਮ ਨਹੀਂ ਅਤੇ ਕੀ ਇੱਥੇ ਸ਼ੁਗਲ ਮੇਲਾ ਹੈਗਾ ਸ਼ੁਗਲ ਮੇਲਾ ਭਾਅ ਜੀ ਮੈਂ ਸੋਫਟਵੇਅਰ ਇੰਜੀਨੀਅਰ ਹਾਂ ਜੀ ਜੀ ਮੈਂ ਇਸ ਟਾਈਮ ਫਸਟ ਪਬਲਿਕ ਬੈਂਕ ਨਾਲ ਕੰਮ ਕਰ ਰਿਹਾ ਅਤੇ ਬਸ ਦਾਣਾ ਪਾਣੀ ਫੁਲਕਾ ਪਰਮਾਤਮਾ ਦੀ ਰਹਿਮਤ ਸਦਕਾ ਬਹੁਤ 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 ਵਧੀਆ ਚੱਲ ਰਿਹਾ ਅਤੇ ਚਲੋ ਇਹ ਤਾਂ ਇੱਧਰਲੇ ਮੁਲਕਾਂ ਦੀ ਇੱਕ ਖਾਸੀਅਤ ਅਸੀਂ ਕਹਿ ਸਕਦੇ ਹਾਂ ਕਿ ਇੱਧਰ ਫੁਲਕਾ ਤੋਰੀ ਦੀ ਪ੍ਰੋਬਲਮ ਨਹੀਂ ਆਉਂਦੀ ਜਿੰਨਾ ਮਰਜ਼ੀ ਕਮਾ ਲਓ ਜਿੰਨਾ ਮਰਜ਼ੀ ਇਕੱਠਾ ਕਰ ਲਓ ਅਤੇ ਈਵਨ ਇੰਡੀਆ ਦਾ ਫਰਕ ਦੇਖੀਏ ਤਾਂ ਕੋਵਿਡ ਦੌਰਾਨ ਵੀ ਇੱਧਰਲੀ ਸਰਕਾਰਾਂ ਨੇ ਫੁਲਕਾ ਤੋਰੀ ਦੀ ਕਿਸੇ ਨੂੰ ਕਮੀ ਨਹੀਂ ਆਉਣ ਦਿੱਤੀ ਬਿਲਕੁਲ ਇੰਡੀਆ ਦੇ ਵਿੱਚ ਤਾਂ ਵੀ ਆਪਣੇ ਬੰਦੇ ਲੰਗਰ ਲਾਉਂਦੇ ਨੇ ਤਾਂ ਨਹੀਂ ਕਮੀ ਆਉਂਦੀ ਪਰ ਇੱਧਰ ਵੈਸੇ ਨਹੀਂ ਆਉਣ ਦਿੱਤੀ ਅੱਛਾ ਗਾਇਕੀ ਦੀ ਗੱਲ ਕਰੀਏ ਤੁਸੀਂ ਬਹੁਤ ਸਾਰੇ ਗੀਤ ਵੱਖ ਵੱਖ ਸਮਿਆਂ 'ਤੇ ਕੱਢੇ ਆ ਅਗਰ ਅਸੀਂ ਲਿਸ਼ਕਾਰਾ ਪੈਂਦਾ ਤੋਂ ਗੱਲ ਕਰੀਏ ਜੋ ਬਹੁਤ ਦੇਰ ਪਹਿਲਾਂ ਚੰਡੀਗੜ੍ਹ ਦੇ ਵਿੱਚ ਕੀਤਾ ਸੀ ਰਿਕਾਰਡ ਉਦੋਂ ਨਵੇਂ ਨਵਾਂ ਸੀ ਯੰਗ ਬਹੁਤ ਸ਼ੌਕ ਸੀ ਬਹੁਤ ਜ਼ਿਆਦਾ ਅਤੇ ਵੈਸੇ ਮੈਂ ਇੱਕ ਥੋੜ੍ਹੀ ਜਿਹੀ ਦਰਸ਼ਕਾਂ ਨਾਲ ਗੱਲ ਸਾਂਝੀ ਕਰ ਦਿੰਦਾ ਤੂੰ ਗੁੱਸਾ ਨਾ ਕਰਿਓ ਛੋਟਾ ਭਰਾ ਤੂੰ ਇਹ ਕੈਸਟ ਲੈ ਕੇ ਆਇਆ ਸੀਗਾ ਜੀ ਹਰਪ੍ਰੀਤ ਮੇਰੇ ਕੋਲ ਜੀ ਮੈਂ ਕੈਸਟ ਰਿਕਾਰਡ ਕੀਤੀ ਭਾਅ ਜੀ ਨਹੀਂ ਕੈਸਟ ਰਿਕਾਰਡ ਕਰਨੀ ਆ ਵੀ ਦੱਸੋ ਮੈਨੂੰ ਕਦਰ ਕਰੀਏ ਅਤੇ ਮੈਂ ਸਲਾਹ ਦਿੱਤੀ ਸੀ ਵੀ ਭਾਈ ਅਜੇ ਰੁਕ ਜਾ ਅਜੇ ਹੋਰ ਰਿਆਜ਼ ਕਰ ਅਤੇ ਫਿਰ ਆਈ ਤਾਂ ਪਰ ਮੈਨੂੰ ਇਹੀ ਪਤਾ ਲੱਗਾ ਸੀ ਮਹੀਨੇ ਦੋ ਮਹੀਨੇ ਬਾਅਦ ਕੈਸਟ ਰਿਕਾਰਡ ਕਰਕੇ ਲੈ ਕੇ ਆ ਗਿਆ ਸੀਗਾ ਚਲੋ ਖੈਰ ਉਹ ਵੀ ਤਜਰਬਾ ਮਨ ਦੇ ਵਿੱਚ ਹੁੰਦੀ ਇੱਛਾ ਫਿਰ ਉਹ ਲਿਸ਼ਕਾਰਾ ਪੈਂਦਾ ਰਿਕਾਰਡ ਕੀਤੀ ਸੀ ਉਸ ਤੋਂ ਬਾਅਦ ਹੁਣ ਤੱਕ ਦਾ ਸਫ਼ਰ ਕਿਵੇਂ ਰਿਹਾ ਤੁਹਾਡਾ ਸਫ਼ਰ ਭਾਅ ਜੀ ਸਫ਼ਰ ਬਹੁਤ ਕੀਤਾ ਜੀ ਜੀ ਮੈਂ ਸੋਚਦਾ ਕਿ ਜੇ ਉਸ ਟਾਈਮ 'ਤੇ ਤੁਹਾਡੀ ਸਲਾਹ ਸੁਣੀ ਹੁੰਦੀ ਅਤੇ ਮੰਨੀ ਹੁੰਦੀ ਉਸ ਟਾਈਮ ਨਾ ਇੱਕ ਕੀੜਾ ਹੁੰਦਾ ਇਨਸਾਨ ਦੇ ਜ਼ਹਿਨ ਦੇ ਵਿੱਚ ਮੈਨੂੰ ਐਂ ਲੱਗਦਾ ਕਿ ਪਤਾ ਨਹੀਂ ਕਿ ਮੈਂ ਹੀ ਮੈਂ ਹਾਂ ਹੋਰ ਕੋਈ ਹੈ ਨਹੀਂ ਇੱਕ ਉਮਰ ਉਹੋ ਜਿਹੀ ਹੁੰਦੀ ਆ ਜੀ ਇੱਕ ਬੰਦੇ ਨੂੰ ਐਂ ਲੱਗਦਾ ਪਤਾ ਨਹੀਂ ਮੇਰੀ ਵੀਡੀਓ ਬਣ ਜੂਗੀ ਦੋ ਕੁ ਵੱਡੇ ਵੱਡੇ ਨਾਂ ਜੁੜ ਜਾਣਗੇ ਮੇਰੇ ਨਾਲ ਅਤੇ ਕੰਮ ਵਧੀਆ ਹੋ ਜੂ ਪਰ ਅਜਿਹਾ ਨਹੀਂ ਤੁਹਾਡੇ ਵਿੱਚ ਟੈਲੈਂਟ ਹੋਣਾ ਬਹੁਤ ਜ਼ਰੂਰੀ ਪਰ ਨਹੀਂ ਚਲੋ ਉਹ ਵੀ ਤਜਰਬਾ ਜਿਹੜਾ ਟਾਈਮ ਹੁੰਦਾ ਵੱਖਰੀ ਗੱਲ ਅਤੇ ਮਤਲਬ ਕੀ ਸੋਚ ਕੇ ਗਾਉਣੇ ਕੀ ਗਾਇਕੀ ਵਿੱਚ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਮੈਂ ਪਤਾ ਹੀ ਕਿਉਂ ਪੁੱਛਿਆ ਵੀ ਕਿਉਂ ਤੁਸੀਂ ਚਾਹੁੰਦੇ ਤੁਸੀਂ ਹੈੱਡ ਕਲਾਕਾਰ ਹੋ ਆਪਣੇ ਕਲਾਕਾਰ ਇੱਕ ਸਿੰਗਰ ਹੈਗੇ ਨੇ 35 ਸੈਕਟਰ ਦੇ ਨਾਮ ਚਲੋ ਆਪਾਂ ਹੁਣ ਕੀ ਲੈਣਾ ਠੀਕ ਹੈ ਜੀ ਉਹਨਾਂ ਨੇ ਵੀ ਕੈਸਟਾਂ ਕੱਢੀਆਂ ਸੀ ਦੋ ਕੁ ਵੀ ਉਹਨੂੰ ਪੁੱਛਿਆ ਵੀ ਕਿਵੇਂ ਰਹੀਆਂ ਕਹਿੰਦਾ ਭਾਅ ਜੀ ਕੈਸਟਾਂ ਬਹੁਤ ਵਧੀਆ ਰਹੀ ਕੈਸਟਾਂ ਉਸ ਸਮੇਂ ਦੀ ਗੱਲ ਆ ਮੈਂ ਕੀ ਵਧੀਆ ਰਹੀ ਕਹਿੰਦਾ ਬਸ 3-4 ਕੁੜੀਆਂ ਦੇ ਰੋਜ਼ ਫੋਨ ਆ ਜਾਂਦੇ ਆ ਅਤੇ ਜਿਹੜਾ ਉਹਨੂੰ ਉਹਦੀ ਸੋਚ ਉੱਥੋਂ ਤੱਕ ਸੀ ਮੈਨੂੰ ਕੁੜੀਆਂ ਦੇ ਫੋਨ ਆਉਣ ਲੱਗ ਪਏ ਪਰ ਤੁਹਾਡੀ ਜੇ ਗਾਇਕੀ ਦੀ ਗੱਲ ਕਰੀਏ ਜਿੱਦਾਂ ਹੁਣ ਪਿੱਛੇ ਜੇ ਬਹੁਤ ਵਧੀਆ ਟਰੈਕ ਤੁਸੀਂ ਕੱਢਿਆ ਪੰਜਾਬ ਦੀਆਂ ਮਾਵਾਂ ਵਾਲਾ ਟਰੈਕ ਬਹੁਤ ਵਧੀਆ ਸੀਗਾ ਇਸ ਤੋਂ ਬਾਅਦ ਸਰਦਾਰ ਜੀ ਦੀ ਗੱਲ ਕਰੀਏ ਪੱਗ ਦੀ ਗੱਲ ਕੀਤੀ ਹੈ ਤਾਂ ਬਹੁਤ ਵਧੀਆ ਕੀਤਾ ਤੁਸੀਂ ਆਪਣੇ ਗੀਤਾਂ 'ਚ ਕੀ ਸੁਨੇਹਾ ਦੇਣਾ ਚਾਹੁੰਦੇ ਭਾਅ ਜੀ ਮੇਰੀ ਕੋਸ਼ਿਸ਼ ਰਹਿੰਦੀ ਹੈ ਪਹਿਲੀ ਗੱਲ ਤਾਂ ਮੇਰੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਜਿੰਨਾ ਵੀ ਮੈਂ ਗਾਵਾਂ ਬਸ ਸੱਚ ਹੀ ਸੁਣਾਵਾਂ ਗੀਤ ਲਿਖਾਂ ਨਾਲ ਚਾਹਵਾਂ ਬਸ ਇਹੀ ਮੇਰੀ ਰੀਝ ਹੈ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਬਸ ਉਨਾ ਕੀ ਲਿਖਾਂ ਉਨਾ ਕੀ ਗਾਵਾਂ ਜਿਹੜਾ ਲੋਕ ਪਿਆਰ ਮੁਹੱਬਤ ਇਸ਼ਕ ਇੱਕੇ ਨਾਲ ਸੁਣ ਲੈਣ ਜੀ ਅਤੇ ਬਾਕੀ ਜਿਹੜੇ ਸਮੇਂ ਅਨੁਸਾਰ ਜਿਹੜੇ ਮੈਸੇਜਸ ਤੁਸੀਂ ਕਨਵੇ ਕਰਨੇ ਆ ਆਪਣੀ ਆਵਾਮ ਨੂੰ ਅਤੇ ਉਹ ਉਹਨੂੰ ਅੱਖਾਂ ਦੇ ਸਾਹਮਣੇ ਰੱਖ ਕੇ ਬਸ ਉਹ ਚੀਜ਼
ਰਹਿੰਦੀ ਹੈ ਮੇਰੇ ਅੱਗੇ ਕਿ ਮੈਂ अच्छा एक मैं देखे इधर तुसी काफ़ी जेडे मेलियां दे स्टेजां दे भी शिकार होंदे हो ते बहुत बहुत तुहानू काफ़ी प्रोग्रामां दे उपर भी देखे जाते हुए ते ए फिर आप तुहानू संपर्क करना पैंदा सी मेलियां वालियां नाल। हुण तां चलो साल तो मेले नहीं हो रहे जां मेलियां वाले तुहानू संपर्क करदे सी तुहाडियां वीडियो देख के यूट्यूब ते देख के? देखो भाई जी शुरुआत विच जिहड़ा साडा पैनल कह लो जिहड़ा बणिया सी साडे यार दोस्त जी इकट्ठे हो के जिन्हां ने काम करना शुरू कीता सीगा उन्होंने सारे ने रीच आउट किया जिन्हें भी प्रोग्राम देसी मेले होण जां बॉलीवुड दे जां अपने पंजाबी जिहड़े भी उन्होंने रीच आउट किया तो रिस्पोंस वधिया हुंदा सी। कहिंदे सी तुसी आओ पहला साल मतलब कि तुसी इह समझो कि मैं सेवा ही की पर आई डोंट माइंड है ना जिदा थानू क्या तोरी फुलका वधिया चलता तो उस तो बाद फिर मेरी सब तो वड्डी अचीवमेंट जिहड़ी सीगी शायद थानू सारे नू पता होवे एक वाशिंगटन डीसी दे विच सैल्फ सैल डेफ करके ऑर्गेनाइजेशन है जब 9/11 होया सीगा यूएस दे विच ते अपने पंजाबियों नू मुसलमान समझ के बहुत हिट किया गया सी उस टाइम ते काफ़ी नुकसान होया सीगा ते उस टाइम सैल डेफ आउंदी आ होंद दे विच जिन्हें एजुकेट किया सी सारियां नू कि बई की फर्क है दोहां दे विच बिल्कुल ते उन्होंने मैनू सद्या सी पहली बारी मेरे वास्ते बहुत वड्डी अचीवमेंट सी ते उस तो भी वड्डी अचीवमेंट सी कि जब मैं उत्थे गया तो मैं पैर धरिया अंदर तो मैं देखिया रवि सिंह खालसा एड वाले सामने खड़े सीगे ते उन्हां नाल गलबात करके उन्हां नाल टाइम स्पेंड करके दो दिन असीं इकट्ठे रहे हैं बहुत 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 कुछ सीखने नूं मिलिया। सब नूं पता ही हीरा बंदा है पर इथों तां बहुत ही ज्यादा he's an awesome guy। क्या बात है। अच्छा उन्होंने तुहानूं संपर्क कीता तुहाडी वीडियो वगैरह देख के ये भी बड़ी वड्डी अचीवमेंट है ते केड़ी वीडियो उन्होंने देखी सी उह साडे दर्शकां नाल जरूर सांझा करो गाना। उस टाइम ते कल्ली कल्ली पाक दी सीगी गीत जिहड़ा ते आपां उह वी गीत जरूर सुनना। अज समां अपने कोल थोड़ा हैगा थोड़ा जिहा अज लंबा समां फिर गल करांगे ते कल्ली कल्ली पग सुणांगे पहलां ते फिर असीं तुहाडे ਕੋਲੋਂ ਆ ਜਿਹੜਾ ਪੰਜਾਬ ਦੀਆਂ ਮਾਵਾਂ ਉਹ ਵੀ ਜ਼ਰੂਰ ਸਥਾਈ ਅੰਤਰਾ ਸੁਣਨਾ ਚਾਹਾਂਗੇ। ਜੀ ਜੀ ਕੱਲੀ ਕੱਲੀ ਪੱਗ ਤੇਰੀ ਚੁੰਨੀ ਨਾਲ ਦੀ ਕੱਲੀ ਕੱਲੀ ਪੱਗ ਤੇਰੀ ਚੁੰਨੀ ਨਾਲ ਦੀ ਦਸ ਜੱਟੀ ਹੈ ਨੀ ਹੋਰ ਕੀ ਭਾਲਦੀ ਦਸ ਜੱਟੀ ਹੈ ਨੀ ਹੋਰ ਕੀ ਭਾਲਦੀ ਦਸ ਜੱਟੀ ਹੈ ਨੀ ਹੋਰ ਕੀ ਭਾਲਦੀ ਗਹਿਣਾ ਗੱਟਾ ਕਾਵਾ ਏ ਸ਼ਿੰਗਾਰ ਬੱਲੀਏ ਸਿਰ ਉੱਤੇ ਸੱਜਿਆ ਏ ਤਾਜ ਏੜੀਏ ਫੇਰ ਆ ਜਦ ਸ਼ੀਸ਼ੇ ਵੀ ਸਲਾਮ ਕਰਦੇ ਕੱਲੇ ਕੱਲੇ ਲੜ ਵਿੱਚ ਬਾਜ ਏੜੀਏ ਤੂੰ ਸ਼ਮਸ਼ੀਰ ਤੇਰੀ ਬਣਾ ਢਾਲਨੀ ਤੂੰ ਸ਼ਮਸ਼ੀਰ ਤੇਰੀ ਬਣਾ ਢਾਲਨੀ ਦਸ ਜੱਟੀਏ ਨੀ ਹੋਰ ਕੀ ਭਾਲਦੀ ਦਸ ਜੱਟੀਏ ਨੀ ਹੋਰ ਕੀ ਭਾਲਦੀ। वाह जी बहुत वधिया। थैंक यू भाई। तो ये भी तुहाडा वधिया सी फिर सुपरमैसी ट्रैक एक आया सी सुपरमैसी वो हुण ना ही इहो जिहे कसूते रखदे हो कल्ली कल्ली पग सीधा समझ आउंदी आ ठीक है ते पंजाब दीआं मावां भी सीधी समझ आउंदी चलो इंग्लिश नाम भी नाल उहदा की कारण सुपरमैसी दा मतलब हुंदा सुपरमैसी हुंदा कि सुप्रीम बहुत वधिया। अच्छा ਤੇ ਵੀ ਕੀ ਉਹਦੇ ਸੁਪਰੀਮ ਸੀ ਹਰਪ੍ਰੀਤ ਧਾਮੀ ਸਕਰੀਨ ਸੁਪਰੀਮ ਸੌਂਗ ਗਾਣਾ ਲਾਇਰਿਕਸ ਉਹਦੇ ਵਿੱਚ ਇਦਾਂ ਸੀਗਾ ਅਸੀਂ ਗੱਲ ਕੀਤੀ ਸੀ ਕਿ ਮਹਿੰਗੀਆਂ ਬ੍ਰਾਂਡਾਂ ਨੂੰ ਵੀ ਮਾਤ ਪਾਈ ਜਾਵੇ ਪਟਿਆਲਾ ਸ਼ਾਹੀ ਸੂਟ ਸਲਵਾਰ ਉਹ ਸੁਪਰੀਮਸੀ ਇਹ ਰੱਖੀ ਸੀ ਕਿ ਪਟਿਆਲਾ ਸ਼ਾਹੀ ਸੂਟ ਜੋ ਸਾਡਾ ਕਲਚਰ ਸਾਡਾ ਪਹਿਰਾਵਾ ਆ ਜੋ ਮਰਜ਼ੀ ਤੁਸੀਂ ਵੱਡੇ ਵੱਡੇ ਬ੍ਰਾਂਡ ਪਾਲੋ ਜਿੱਦਾਂ ਵੀ ਪਰ ਜੀ ਉਹ ਜਿਹੜੀ ਚੀਜ਼ ਹੈ ਉਹ ਅਤੇ ਰਿਆਜ਼ ਕਿੰਨਾ ਕਰਨਾ ਪੈਂਦਾ ਭਾਅ ਜੀ ਕਰਨਾ ਤਾਂ ਬਹੁਤ ਪੈਂਦਾ ਪਰ ਮੈਂ ਕਰਦਾ ਇਹਦਾ ਕੀ ਕਾਰਨ ਹੈ ਵੀ ਰਿਆਜ਼ ਕਰਨ ਵਾਲੇ ਨਹੀਂ ਇਹ ਵੀ ਹੈਗਾ ਨਾ ਕਈ ਰਿਆਜ਼ ਕਰਨ ਵਾਲੇ ਉਹਨਾਂ ਦੇ ਹਿੱਟ ਹੀ ਨਹੀਂ ਹੁੰਦੇ ਗਾਣੇ ਜਿਹੜੇ ਨਹੀਂ ਕਰਦੇ ਉਹਨਾਂ ਦੇ ਹੋ ਜਾਂਦੇ ਇੱਦਾਂ ਹੈ ਭਾਅ ਜੀ ਦੇਖੋ ਜੇ ਤੁਸੀਂ ਲੰਮੀ ਰੇਸ ਦੇ ਘੋੜੇ ਬਣਨਾ ਫਿਰ ਤਾਂ ਤੁਹਾਨੂੰ ਕਰਨਾ ਪੈਣਾ ਹੈ ਪਰ ਥੋੜ੍ਹਾ ਕੰਮਾਂ ਕਾਰਾਂ ਦੇ ਵਿੱਚੋਂ ਉਹਨਾਂ ਕੋਲ ਟਾਈਮ ਨਿਕਲਦਾ ਵੀਕਐਂਡ 'ਤੇ ਕੋਸ਼ਿਸ਼ ਪੂਰੀ ਰਹਿੰਦੀ ਹੈ ਪਰ ਉਹ ਵੀ ਮਿਸ ਆਊਟ ਹੋ ਜਾਂਦਾ ਕੋਈ ਝੂਠ ਕੋਈ ਫਰੇਬ ਨਹੀਂ ਜੀ ਅਤੇ ਹੁਣ ਕੋਈ ਨਵਾਂ ਟਰੈਕ ਅੱਜ ਕੱਲ੍ਹ ਆ ਰਿਹਾ ਹੋਵੇ ਜਿਵੇਂ ਹੁਣ ਕਾਫੀ ਸਮਾਂ ਪੜਿਆ ਭਾਰੀ ਹੁਣ ਸਮਾਂ ਠੀਕ ਹੁੰਦਾ ਜਾ ਰਿਹਾ ਅਤੇ ਵੈਕਸੀਨ ਵਗੈਰਾ ਵੀ ਲੱਗ ਗਈ ਆ ਅਤੇ ਮੈਨੂੰ ਵੀ ਪੁੱਛਦੇ ਸੀਗੇ ਵੀ ਭਾਈ ਕਿਹੜੇ ਕੋਟੇ 'ਚ ਲਵਾਈ ਤੇਰੀ ਉਮਰ ਹੋ ਗਈ ਉਮਰ ਮੈਂ ਕਹਿੰਦੀ ਇਹ ਉਮਰ ਕੋਟ ਨਹੀਂ ਜਗਾੜ ਕੋਟੇ 'ਚ ਲੱਗੀ ਆ ਅਤੇ ਨਹੀਂ ਚਲੋ ਸਭ 'ਤੇ ਲੱਗਣੀ ਚਾਹੀਦੀ ਹੈ ਅਤੇ ਹੁਣ ਆਉਣ ਵਾਲੇ ਕੋਈ ਟਰੈਕ ਜਾਂ ਕੋਈ ਫਿਲਮ ਫੁਲਮ ਵਾਲੇ ਪਾਸੇ ਜਾਂ ਕਿਸੇ ਕੋਈ ਉਹ ਜ਼ਰੂਰ ਦੱਸੋ ਭਾਅ ਜੀ ਤਿੰਨ ਟਰੈਕ ਮੇਰੇ ਬਿਲਕੁਲ ਤਿਆਰ ਪਰ ਤਿਆਰ ਨੇ ਮੈਂ ਵੇਟ ਕਰਦਾ ਸੀਗਾ ਕਿ ਜੇ ਕੋਈ ਖੁਸ਼ਖਬਰੀ ਆਵੇ ਦਿੱਲੀ ਪੱਖੋਂ ਅਤੇ ਉਸੇ ਦੇਣੀ ਫਿਰ ਅਸੀਂ ਅੱਛਾ ਦਿੱਲੀ ਮਤਲਬ ਕਿਸਾਨ ਅੰਦੋਲਨ ਦੀ ਗੱਲ ਕਰਦੇ ਹਾਂ ਅਤੇ ਅੱਛਾ ਕਿਸਾਨ ਅੰਦੋਲਨ ਦੇ ਨਾਲ ਸੰਬੰਧਿਤ ਹੈ ਜਾਂ ਸੰਬੰਧਿਤ ਨਹੀਂ ਹੈਗਾ ਕਹਿ ਵੀ ਸਕਦੇ ਹਾਂ ਇੱਕ ਤਾਂ ਸ਼ਬਦ ਬਿਲਕੁਲ ਤਿਆਰ ਹੈ ਗਗਨ ਦੇ ਮਾਮਾ ਬਾਜਿਓ ਜੀ ਉਹ ਤਿਆਰ ਹੈ ਅਤੇ ਦੋ ਗੀਤ ਹੋਰ ਕਵਰ ਸੌਂਗਸ ਨੇ ਉਹ ਜੀ ਚਲੋ ਆਪਾਂ ਇਸ ਤੋਂ ਪਹਿਲਾਂ ਕਿ ਅਸੀਂ ਪੰਜਾਬ ਦੀਆਂ ਮਾਵਾਂ ਦੀ ਗੱਲ ਕਰੀਏ ਅਤੇ ਗਗਨ ਦੇ ਮਾਮਾ ਬਾਜਵੇ ਦੀ ਬਾਜਿਓ ਦੀਆਂ ਦੋ ਲਾਈਨਾਂ ਕਿਉਂਕਿ ਇਹ ਤਾਂ ਪੁਰਾਣਾ ਸਾਡਾ ਪਰਮਾਤਮਾ ਦੀ ਬਖਸ਼ਿਸ਼ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀ ਗਗਨ ਦੇ ਮਾਮਾ
ਬਾਜਿਆ ਹਾਂ क्या बात है गगन दमामा बाजियो परयो निशाने काओ खेत जो माटे ओ सूरमा अब जूजन को दाओ खेत जो माटे ओ सूरमा अब जूजन को दाओ बात है क्या बात है यार बहुत वधिया ये हेक जड़ी लाई है हाँ जी भाई एक दिन नापी है भी किन्नी कहे कि ये कहते जब बत्ती तेरी सेकंड दी तो मैंने लग गया भी ये नहीं कि तो होएगी जी सब ना हेक लाई है सो ये नू क्योंकि बिंद्रिकिया दी मेरे ख़र बत्ती तेरी सेकंड से की है हेक जड़ी बहुत वधिया ਸੁਨੇਹਾ ਜਾਣਨਾ ਚਾਹਾਂਗੇ ਸਾਡੇ ਦਰਸ਼ਕਾਂ ਦੇ ਵਾਸਤੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਤੇ ਸੈਕਿੰਡ ਆਪਾਂ ਪੰਜਾਬ ਦੀਆਂ ਮਾਵਾਂ ਦਾ ਵੀ ਜ਼ਰੂਰ ਥੋੜਾ ਬਹੁਤ ਸੁਣਨਾ ਚਾਹਾਂਗੇ ਸੁਨੇਹਾ ਭਾਅ ਜੀ ਮੈਂ ਸੋਚਦਾ ਐਡੇ ਜੋਗਾ ਮੈਂ ਹੈ ਨਹੀਂ ਕਿ ਸੁਨੇਹਾ ਕਿਸੇ ਨੂੰ ਦੇ ਸਕਦਾ ਨਹੀਂ ਸੁਨੇਹੇ ਦਾ ਮਤਲਬ ਇਹ ਨਹੀਂ ਕਿ ਅਸੀਂ ਕਿਸੇ ਨੂੰ ਐਡਵਾਈਸ ਦੇਣੀ ਆ ਜਾਂ ਆਸ਼ੀਰਵਾਦ ਦੇਣਾ ਮਤਲਬ ਕਹਿਣ ਤੋਂ ਭਾਵ ਆ ਵੀ ਸ਼ੁਭ ਕਾਮਨਾਵਾਂ ਕਹਿ ਸਕਦੇ ਅਸੀਂ ਇਹਨੂੰ ਚਲੋ ਬਸ ਮੈਂ ਤਾਂ ਇਹੀ ਸਾਰਿਆਂ ਨੂੰ ਕਹਿੰਦਾ ਜੀ ਚੜ੍ਹਦੀ ਕਲਾ ਦੇ ਵਿੱਚ ਰਹੋ ਸਰਬੱਤ ਦਾ ਭਲਾ ਮੰਗੋ ਸਾਰੀ ਕਾਇਨਾਤ ਸਾਰੀ ਆਵਾਮ ਸਾਰੇ ਆਲਮ ਦਾ ਭਲਾ ਮੰਗੋ ਜੀ ਤੇ ਅਖੀਰ ਦੇ ਵਿੱਚ ਪੰਜਾਬ ਦੀਆਂ ਮਾਵਾਂ ਦਾ ਜ਼ਰੂਰ ਸਾਈ ਅੰਦਰ ਕਦੇ ਆ ਰਿਆਂ ਨਾ ਚੀਰੇ ਕਦੇ ਬੰਦ ਬੰਦ ਟੁਕੇ ਪੰਜਾਬ ਦੀਆਂ ਮਾਵਾਂ ਦੇ ਨਾ ਹੰਝੂ ਕਦੇ ਸੁੱਕੇ ਪੰਜਾਬ ਦੀਆਂ ਮਾਵਾਂ ਦੇ ਨਾ ਹੰਝੂ ਕਦੇ ਸੁੱਕੇ ਪੰਜਾਬ ਦੀਆਂ ਮਾਵਾਂ ਦੇ ਨਾ ਹੰਝੂ ਕਦੇ ਸੁੱਕੇ ਵੈਰੀ ਗੁੱਡ ਬਹੁਤ ਵਧੀਆ ਸਾਰਾ ਅੱਜ ਦਾ ਪ੍ਰੋਗਰਾਮ ਵਧੀਆ ਰਿਹਾ ਜਿੰਨਾ ਵੀ ਅਸੀਂ ਸਮਾਂ ਹੈਗਾ ਔਰ ਸਾਡੇ ਦਰਸ਼ਕਾਂ ਨੇ ਜ਼ਰੂਰ ਇਹਨੂੰ ਇੰਜੋਏ ਕੀਤਾ ਹੋਊਗਾ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਨਾਲ ਦੀ ਨਾਲ ਜੇ ਅਸੀਂ ਘਰਾਂ ਵਿੱਚ ਬੈਠੇ ਜਿਹੜੇ ਦਰਸ਼ਕ ਹੈ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਜਸ ਪੰਜਾਬੀ ਨਾਲ ਜੁੜੇ ਹੋ ਬੜੇ ਲੰਬੇ ਸਮੇਂ ਤੋਂ ਜੁੜੇ ਹੋਏ ਹੋ ਪ੍ਰੋਗਰਾਮਾਂ ਨੂੰ ਪਿਆਰ ਕਰਦੇ ਹੋ ਹਰ ਤਰ੍ਹਾਂ ਦਾ ਸਹਿਯੋਗ ਦਿੰਦੇ ਹੋ ਸਾਨੂੰ ਹਰ ਤਰ੍ਹਾਂ ਦੀ ਸਪੋਰਟ ਕਰਦੇ ਹੋ ਸਾਡੀ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਈਮੇਲ ਆਈ ਡੀ ਨੋਟ ਕਰ ਲਓ ਸਾਡੀ ਜੇ ਕਿਸੇ ਵੀ ਗੱਲਬਾਤ ਲਈ jaggi@jasbroadcasting.com ਜਾਂ ਫਿਰ info@jasbroadcasting.com ਫੇਸਬੁੱਕ ਟਵਿੱਟਰ ਤੋਂ ਇਲਾਵਾ ਮੇਰਾ ਸੈੱਲ ਨੰਬਰ ਸਭ ਕੋਲ ਹੈਗਾ 209-475-3332 ਕਿਤੇ ਵੀ ਸੰਪਰਕ ਕਰ ਸਕਦੇ ਹੋ ਅਖੀਰ ਦੇ ਵਿੱਚ ਸਭ ਦਾ ਬਹੁਤ ਬਹੁਤ ਧੰਨਵਾਦ ਨਾਲ ਦੀ ਨਾਲ ਮਿੱਕੀ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਹੁਤ ਮਿਹਰਬਾਨੀ